ਅੰਮ੍ਰਿਤਸਰ ਗੁਰੂ ਨਗਰੀ ਦੇ ਰਹਿਣ ਵਾਲੇ ਇੱਕ ਨੌਜਵਾਨਾਂ ਤੁਹਾਨੂੰ ਮਿਲਾਇਆ ਜਾ ਰਿਹਾ ਗੁਰਸਿੱਖ ਦੇ ਨਾਲ, ਜਿਹਦੇ ਵੱਲੋਂ ਆਪਣੇ ਦਾਦਾ ਜੀ ਨੂੰ ਕੋਲ ਇੱਕ ਚੀਜ਼ ਪੁੱਛੀ ਗਈ ਸੀ ਸਮੇਂ ਦੇ ਬਾਰੇ, ਤੇ ਉਹਨਾਂ ਦੇ ਵੱਲੋਂ ਸਮੇਂ ਬਾਰੇ ਦੱਸਿਆ ਗਿਆ ਸੀ ਕਿ ਜਦੋਂ ਘੜੀਆਂ ਨਹੀਂ ਹੁੰਦੀਆਂ ਸਨ ਤੇ ਪੁਰਾਣੇ ਬਜ਼ੁਰਗ ਕਿਹੜੇ ਹਿਸਾਬ ਦੇ ਨਾਲ ਟਾਈਮ ਦੇਖਦੇ ਸਨ। ਕਹਿ ਸਕਦੇ ਹਾਂ ਕਿ 47 ਦੇ ਵਿੱਚ ਜਿੰਨੇ ਪੁਰਾਣੇ ਬਜ਼ੁਰਗ ਸਨ ਉਹ ਇੱਕ ਡਾਇਰੈਕਸ਼ਨ ਬਣਾਉਂਦੇ ਸਨ ਜ਼ਮੀਨ ਦੇ ਉੱਪਰ, ਤੇ ਉਸ ਡਾਇਰੈਕਸ਼ਨ ਰਾਹੀਂ ਆਪਣਾ ਉੱਤਰ ਪੱਛਮ ਜਿਹੜਾ ਰਸਤਾ ਉਹਨੂੰ ਦੇਖਦੇ ਸਨ, ਤੇ ਸ਼ਾਮ ਦਾ ਟਾਈਮ, ਸਵੇਰ ਦਾ ਟਾਈਮ ਉਸੇ ਵੋਚ ਤੋਂ ਹੀ ਪਤਾ ਲੱਗਦਾ ਸੀ। ਪਰ ਅੱਜ ਜੋ ਜ਼ਮਾਨਾ ਚੇਂਜ ਹੁੰਦਾ ਜਾ ਰਿਹਾ, ਨੌਜਵਾਨ ਪੀੜ੍ਹੀ ਆਪਣਾ ਵਿਰਸਾ ਭੁੱਲਦੀ ਜਾ ਰਹੀ ਆ, ਪਰ ਇਸ ਗੁਰਸਿੱਖ ਦੇ ਵੱਲੋਂ ਇਸ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਪੰਜਾਬ ਪੁਰਾਣੇ ਵਿਰਸੇ ਨੂੰ ਆਪਣੇ ਹੱਥ ਦੇ ਉੱਪਰ ਪੁਰਾਣੇ ਤਰੀਕੇ ਨਾਲ ਜਿਹੜੀ ਇੱਕ ਵੋਚ ਬਣਾ ਲਿੱਤੀ ਗਈ ਆ। ਆ ਦੇਖ ਸਕਦੇ ਹੋ ਕਿ ਸਮਾਂ ਇਹਨੂੰ ਕਾਫੀ ਲੱਗਾ ਹੋਵੇਗਾ, ਜਿਹੜੇ ਹਿਸਾਬ ਦੇ ਨਾਲ ਪੁਰਾਣੇ ਬਜ਼ੁਰਗ ਇਸ ਡਾਇਰੈਕਸ਼ਨ ਨੂੰ ਦੇਖ ਸਕਦੇ ਸਨ, ਉੱਤਰ ਪੱਛਮ ਦੱਖਣ, ਇਸ ਚੀਜ਼ ਦੇ ਨਾਲ ਹਰ ਇੱਕ ਡਾਇਰੈਕਸ਼ਨ ਨੂੰ ਦੇਖ ਕੇ ਉਹ ਆਪਣਾ ਘਰ ਦਾ ਕੰਮ, ਖੇਤਾਂ ਦਾ ਕੰਮ ਕਰਦੇ ਸਨ, ਤੇ ਜਾਂ ਜਿਹੜੀ ਡਾਇਰੈਕਸ਼ਨ 'ਚ ਜਾਂਦੇ ਸਨ ਉੱਥੇ ਹੀ ਇਹ ਜਗ੍ਹਾ ਦੇ ਉੱਪਰ ਇਹ ਚੀਜ਼ ਨੂੰ ਬਣਾ ਕੇ ਉਹ ਚੀਜ਼ ਨੂੰ ਪ੍ਰਮੋਟ ਕਰਦੇ ਵੇਖਦੇ ਸਨ। ਪਰ ਇਸ ਨੌਜਵਾਨ ਦੇ ਮਨ ਦੇ ਵਿੱਚ ਕਿੱਦਾਂ ਇਹ ਗੱਲਬਾਤ ਕਰਾਂਗੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਦੱਸ। ਪ੍ਰਭਜੀਤ ਸਿੰਘ ਸਰ। ਪ੍ਰਭਜੀਤ ਸਿੰਘ ਜੀ, ਇਹ ਪੁਰਾਣੀ ਚੀਜ਼ ਤੁਸੀਂ ਬਣਾਈ ਆ, ਅੱਜ ਕੱਲ੍ਹ ਤੇ ਨੌਜਵਾਨ ਮਾਡਲ ਜ਼ਮਾਨਾ ਬੜੇ ਪ੍ਰਕਾਰ ਦੇ ਟੈਟੂ ਬਣਾਉਂਦੇ ਨੇ, ਕੋਈ ਸਿੰਗਰਾਂ ਦਾ ਬਣਾ ਰਿਹਾ, ਕੋਈ ਮਾਡਲਾਂ ਦਾ ਬਣਾ ਰਿਹਾ, ਪਰ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ, ਇਹ ਕਿੱਥੋਂ ਚੀਜ਼ ਤੁਹਾਨੂੰ ਪਤਾ? ਸਰ, ਇਸ ਚੀਜ਼ ਬਾਰੇ ਮੇਰੇ ਨਾ ਦਾਦਾ ਜੀ ਦੱਸਦੇ ਹੁੰਦੇ ਸੀ ਮੈਨੂੰ ਸਮੇਂ ਦੇ ਬਾਰੇ। ਅਸੀਂ ਉਹਨਾਂ ਨੂੰ ਪੁੱਛਣਾ ਕਿ ਤੁਸੀਂ ਪੁਰਾਣੇ ਸਮੇਂ 'ਚ ਘੜੀਆਂ ਨਹੀਂ ਹੁੰਦੀਆਂ ਇਹ, ਜਾਂ ਕੋਈ ਸਮਾਂ ਦੱਸਣ ਵਾਲੀ ਚੀਜ਼ ਨਹੀਂ ਹੁੰਦੀ ਸੀ, ਤੇ ਤੁਸੀਂ ਉਦੋਂ ਟਾਈਮ ਟੇਬਲ ਕਿੱਦਾਂ ਦੇਖਦੇ ਹੁੰਦੇ ਸੀ, ਸਮਾਂ ਕਿੱਦਾਂ ਨਾਪ? ਉਹ ਫਿਰ ਸਾਨੂੰ ਦੱਸਦੇ ਹੁੰਦੇ ਸੀ, ਅਸੀਂ ਇੱਕ ਡਾਇਰੈਕਸ਼ਨ ਬਣਾ ਲੈਂਦੇ ਸੀ ਜ਼ਮੀਨ 'ਤੇ ਘੜੀ ਵਗੈਰਾ, ਉਹ ਸਾਨੂੰ ਸਮਾਂ ਦੱਸ ਦਿੰਦੀ, ਜਿਵੇਂ ਸੂਰਜ ਦੀ ਕਿਰਨ ਪੈਣੀ ਆ, ਉਵੇਂ ਸਰ ਉਹ ਸਮਾਂ ਦੱਸਦੇ ਹੁੰਦੇ ਸੀ। ਗੁਰੂਆਂ ਪੀਰਾਂ ਦੇ ਨਾਲ, ਗੁਰੂਆਂ ਦੀ ਧਰਤੀ ਦੇ ਆ, ਗੁਰਸਿੱਖ ਦੇ ਨਾਂ ਦੇ ਸਰ, ਸਾਨੂੰ ਕਿਸੇ ਹੋਰ ਚੀਜ਼ ਦੀ ਬਣਾਉਣ ਦੀ ਲੋੜ ਹੀ ਨਹੀਂ। ਪਰ ਅੱਜ ਕੱਲ ਤੇ ਜਿਹੜੀ ਮਾਡਲ ਜ਼ਮਾਨਾ ਵਾ, ਨੌਜਵਾਨ ਤੇ ਬੜੇ ਨਸ਼ੇ ਵਾਲੇ ਵੀ ਤੁਰੇ ਜਾਂਦੇ ਆ, ਤੇ ਦੂਜਾ ਵਟਸਐਪ ਹੋ ਗਿਆ, ਇੰਸਟਾਗ੍ਰਾਮ, ਵੱਖਰੇ ਵੱਖਰੇ ਇਲਾ ਬਣਾਉਂਦੇ ਆਪਣੇ ਫੇਮਸ ਹੋਣ ਵਾਸਤੇ, ਪਰ ਇਹ ਤੁਹਾਡੇ ਜਿਹਨ 'ਚ ਕਿੱਦਾਂ ਹੈ ਕਿ ਇਹ ਚੀਜ਼ ਬਣਾਵਾਂਗਾ ਤੇ ਆਪਣਾ ਵਿਰਸਾ ਜਿਹੜਾ ਪ੍ਰਮੋਟ ਹੋਵੇਗਾ ਲੋਕਾਂ ਦੇ ਵਿੱਚ, ਹੋਰ ਵਿਚਰੂਗਾ? ਸਰ, ਨਸ਼ੇ ਦੀ ਗੱਲ ਚੱਲੀਏ, ਨਸ਼ਾ ਤਾਂ ਬਹੁਤ ਚੱਲਣ ਡਿਆ ਇਸ ਟਾਈਮ 'ਤੇ ਪੰਜਾਬ 'ਚ, ਜਿਹਨੂੰ ਪੰਜਵਾਂ ਹਾੜੀ ਕਹਿ ਦਿੰਦੇ ਆ, ਨਸ਼ਿਆਂ ਦਾ ਪੰਜਵਾਂ ਦਰਿਆ ਨਸ਼ਿਆਂ ਦਾ ਚੱਲਦਾ ਪਿਆ, ਠੀਕ ਹੈ ਜੀ? ਅਤੇ ਸਰ, ਇਹ ਚੀਜ਼ ਨੂੰ ਆਪਾਂ ਕਿ ਸਾਰੇ ਵੀਰਾਂ ਨੂੰ ਇਹੀ ਆ ਕਿ ਨਸ਼ੇ ਛੱਡੋ, ਆਪਣੇ ਵਿਰਸੇ ਨਾਲ ਜੁੜੋ, ਆਪਣਾ ਵਿਰਸਾ ਸੰਭਾਲੋ, ਜਿਹੜਾ ਆਪਣਾ ਜਿਹ ਤੋਂ ਆਪਾਂ ਵਿਛੜਦੇ ਜਾ ਰਹੇ ਹਾਂ, ਆਪਣਾ ਜਿਹੜਾ ਵਿਰਸਾ ਉਹ ਬਹੁਤ ਬੈਕ ਵਿੱਚ ਚਲ ਗਿਆ ਆ, ਵਾ ਲੋਕ ਭੁੱਲਦੇ ਜਾ ਰਹੇ ਆ। ਉਹ ਕਹਿੰਦੇ ਕਿ ਅੱਜ ਕੱਲ੍ਹ ਤੇ ਜਿਹੜੇ ਘਰ ਬਜ਼ੁਰਗ ਹੈਗੇ ਨੇ ਉਹ ਆਪਣੇ ਕਮਰੇ 'ਚ ਬੈਠੇ ਰਹਿੰਦੇ ਕਿ ਕਿਤੇ ਮੇਰੇ ਪੋਤੇ ਜਾਂ ਮੇਰੇ ਕੋਈ ਮੁੰਡਾ ਕੋਲ ਲਾ ਕੇ ਬੈਠਦਾ ਨਹੀਂ ਆ, ਕਿਉਂਕਿ ਫੋਨਾਂ 'ਤੇ ਲੋਕ ਬੜੇ ਲੱਗੇ ਅੱਜ ਕੱਲ੍ਹ। ਜੀ ਸਰ, ਬਿਲਕੁਲ ਸਹੀ ਗੱਲ ਆ, ਆਪਾਂ ਨੂੰ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਲਿਆਂਦਾ ਵਾ, ਜਿਨ੍ਹਾਂ ਦੇ ਕਰਕੇ ਆਪਾਂ ਇੱਥੋਂ ਤੱਕ ਆਏ ਹਾਂ, ਜੇ ਆਪਾਂ ਉਹਨਾਂ ਦੇ ਨਾਲ ਨਹੀਂ ਇਸ ਸਮੇਂ 'ਚ ਬਵਾਂਗੇ ਤਾਂ ਕੌਣ ਸਰ ਬਹੂਗਾਂਗੇ? ਇਸ ਟਾਈਮ 'ਤੇ ਆਪਾਂ ਨੂੰ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ। ਪਰ ਇਹ ਯਾਰ ਦੋਸਤ ਦੱਸਦੇ ਯਾਰ ਕਿ ਇਹ ਤੂੰ ਇੱਕ ਹੀ ਚੀਜ਼ ਬਣਾ ਲਈ ਆ ਆਪਣੀ ਬਾਂਦ ਪੇ, ਤੇ ਬਹੁਤ ਪੁਰਾਣੀ ਚੀਜ਼ ਹੈਗੀ ਆ। ਸਰ, ਜਿਹੜੇ ਮੈਨੂੰ ਪੁੱਛਦੇ ਯਾਰ ਦੋਸਤ ਜਿੱਦਾਂ ਪੁੱਛਦੇ ਵਗੈਰਾ, ਸਾਰੇ ਪੁੱਛਦੇ ਆ, ਫਿਰ ਉਹਨਾਂ ਨੂੰ ਮੈਂ ਦੱਸਦਾ, ਫਿਰ ਉਹਨਾਂ ਦੇ ਮਨ 'ਚ ਹੋਣ ਡਿਆ ਵਾ ਕਿ ਅਸੀਂ ਵੀ ਇਸ ਚੀਜ਼ ਨੂੰ ਕਰੀਏ ਪ੍ਰਮੋਟ। ਜਿੱਦਣ ਬਣਾਇਆ ਜੀ ਦਾਦਾ ਜੀ ਬਹੁਤ ਖੁਸ਼, ਸਾਰੀ ਫੈਮਿਲੀ ਵੱਲੋਂ ਪੂਰਾ ਪਿਆਰ ਮਿਲਿਆ। ਇਹ ਜਿੱਥੇ ਤੁਸੀਂ ਨੌਕਰੀ ਕਰਦੇ ਹੋ ਉਹਨਾਂ ਦੇ ਕਿੱਦਾਂ ਦੇ ਰਿਐਕਸ਼ਨ ਹੈਗੇ ਕਿ ਇਹ ਚੀਜ਼ ਕੀ ਬਣਾ ਲੈਂਦੀ ਹੈ? ਨਹੀਂ ਸਰ, ਉਹਨਾਂ ਨੇ ਵੀ ਪਹਿਲਾਂ ਸ਼ੌਕਡ ਜਿਹੇ ਹੋਏ ਆ, ਥੋੜ੍ਹੇ ਜਿਹੇ ਪੁੱਛਦੇ ਸੀ ਮੈਨੂੰ ਕਿ ਇਹ ਕੀ ਚੀਜ਼ ਆ, ਸਾਨੂੰ ਵੀ ਦੱਸ ਇਹ ਚੀਜ਼ ਬਾਰੇ, ਅਤੇ ਫਿਰ ਸਰ ਉਹਨਾਂ ਨੂੰ ਮੈਂ ਆਪਣੀ ਇਹ ਚੀਜ਼ ਬਾਰੇ ਸਾਰਾ ਸਮਝਾਇਆ, ਅਤੇ ਉਹਨਾਂ ਨੇ ਸਰਚ ਕੀਤੀ ਨੈੱਟ ਦੇ ਉੱਤੇ, ਅਤੇ
ਸਰ ਹੁਣ ਸਾਰੇ ਉਹ ਵੀ ਕਹਿੰਦੇ ਆ ਕਿ ਵਧੀਆ ਚੀਜ਼ ਬਣਾਈ ਹੈ, ਪਰ ਇਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਨੌਜਵਾਨ ਇਹੀ ਮੈਸੇਜ ਹੈ ਸਰ ਕਿ ਆਪਣੇ ਇਤਿਹਾਸ ਵੱਲ ਲਾਓ, ਵਿਰਸੇ ਵੱਲ ਲਾਓ, ਠੀਕ ਹੈ, ਫਾਲਤੂ ਕੰਮਾਂ 'ਚ ਆਪਣਾ ਆਪ ਨਸ਼ਾ ਨਾ ਜਾਈਏ, ਜਿਹੜੀ ਆਪਣੀ ਪਿਛੋਕੜ ਹੀ ਆਪਾਂ ਉਹਨੂੰ ਯਾਦ ਰੱਖੀਏ। ਲੋਕ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ। ਹਾਂਜੀ ਸਰ, ਬਹੁਤ ਵਿਰਸੇ ਤੋਂ ਦੂਰ ਹੁੰਦੇ ਜਾਂਦੇ। ਪੰਜਾਬੀ ਕਲਚਰ ਰਹਿ ਨਹੀਂ ਗਿਆ? ਨਹੀਂ ਸਰ, ਬਿਲਕੁਲ ਪੰਜਾਬੀ ਕਲਚਰ ਰਹਿ ਨਹੀਂ ਅੱਜ ਟਾਈਮ ਤੇ। ਕਹਿੰਦੇ ਕਿ ਜਿਹੜੇ ਪਿੰਡਾਂ ਦੇ ਵਿੱਚ ਕਲਚਰ ਹੈਗੇ ਪੁਰਾਣੇ ਆ, ਉਹ ਨੌਜਵਾਨ ਜਦੋਂ ਦੇ ਵਿਦੇਸ਼ਾਂ 'ਚ ਆਈਲੈਟਸ ਕਰਕੇ ਵਿਦੇਸ਼ਾਂ 'ਚ ਜਾਈ ਜਾਂਦੇ, ਉਹ ਸਭ ਕੁਝ ਭੁੱਲੀ ਜਾ ਰਹੇ। ਸਰ ਜਦੋਂ ਇੱਥੋਂ ਆਪਾਂ ਪੈਰ ਹੀ ਬਾਹਰ ਪਾ ਲਿਆ, ਹੁਣ ਕਈ ਮੁੰਡੇ ਮੇਰੇ ਨਾਲ ਦੇ ਹੈਗੇ ਆ, ਇੱਥੋਂ ਗਏ ਆ, ਇੱਥੇ ਸਰਦਾਰ ਹੀ, ਹੁਣ ਬਾਹਰ ਜਾ ਕੇ ਉਹਨਾਂ ਨੇ ਕਟਿੰਗ ਕਰਾ ਲਈ। ਸਰ ਬਾਹਰ ਜਾ ਕੇ ਆਪਣਾ ਵਿਰਸਾ ਉਹ ਬਿਲਕੁਲ ਹੀ ਭੁੱਲ ਜਾਂਦੇ ਆ। ਹਾਂਜੀ, ਕਹਿੰਦੇ ਕਿ ਜੈਸਾ ਦੇਸ ਵੈਸਾ ਭੇਸ ਬਣ ਜਾਂਦਾ। ਜੀ ਸਰ, ਬਿਲਕੁਲ ਸਹੀ ਗੱਲ ਆ। ਇਸ ਚੀਜ਼ ਦਾ ਕ੍ਰੈਡਿਟ ਕਿਹਨੂੰ ਜਾਂਦਾ? ਦਾਦਾ ਜੀ ਨੂੰ ਜਾਂਦਾ? ਸਰ ਦਾਦਾ ਜੀ ਨੂੰ ਜਾਂਦਾ। ਪਿੰਡ ਦੇ ਵਿੱਚ ਤਾਂ ਪੂਰੀ ਹਾਹਾਕਾਰ ਮਚੀ ਹੋਣੀ ਕਿ ਆਹ ਪੋਤਰੇ ਨੇ ਆਹ ਡਾਇਰੈਕਸ਼ਨ ਪੁਰਾਣੀ ਬਣਾ ਲਈ। ਜੀ ਸਰ, ਪਿੰਡ ਦੇ ਸਾਰਿਆਂ ਨੂੰ ਲੱਗੇ ਬੰਨੇ, ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਕਿਹਾ ਤੇ ਫਿਰ ਕਹਿਣ ਤੇ ਬਣਵਾਇਆ। ਬਿਲਕੁਲ ਜੀ, ਪੁਰਾਣੇ ਸਮੇਂ ਅਤੇ ਪੁਰਾਣੇ ਵਿਰਸੇ ਨੂੰ ਯਾਦ ਰੱਖਣ ਵਾਸਤੇ ਇਸ ਨੌਜਵਾਨ ਦੇ ਵੱਲੋਂ ਆਪਣੇ ਦਾਦਾ ਜੀ ਦੇ ਕਹਿਣ ਦੇ ਉੱਪਰ ਇੱਕ ਬਾਂਹ ਦੇ ਉੱਪਰ ਵਾਚ ਬਣਾ ਦਿੱਤੀ ਗਈ ਹੈ ਕਿ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਲੋਕ ਸੂਰਜ ਦੀਆਂ ਕਿਰਨਾਂ ਜਦੋਂ ਉਸ ਦੇ ਉੱਪਰ ਪੈਂਦੇ ਸੀ, ਉਸੇ ਸਮੇਂ ਦੇ ਨਾਲ ਆਪਣਾ ਕਾਰੋਬਾਰ ਕਰਦੇ ਸਨ, ਆਪਣੇ ਰਿਸ਼ਤੇਦਾਰਾਂ ਦੇ ਚੱਲਦੇ ਜਾਂਦੇ ਸਨ, ਅਤੇ ਉਸੇ ਸਮੇਂ ਦੇ ਹਿਸਾਬ ਦੇ ਨਾਲ ਆਪਣਾ ਪੂਰੇ ਘਰ ਦਾ ਕੰਮ ਅਤੇ ਖੇਤਾਂ ਦਾ ਕੰਮ ਜਿਹੜਾ ਕਰਦੇ ਸਨ। ਪਰ ਨੌਜਵਾਨ ਦੇ ਵੱਲੋਂ ਇਸ ਨੂੰ ਪ੍ਰਮੋਟ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਮੈਸੇਜ ਦਿੱਤਾ ਗਿਆ ਵਾ ਕਿ ਨਸ਼ੇ ਤੋਂ ਦੂਰ ਹੋ ਕੇ ਗੁਰਸਿੱਖੀ ਨਾਲ ਜੁੜੋ, ਗੁਰਬਾਣੀ ਨਾਲ ਜੁੜੋ, ਕਿ ਜਿਹੜਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਜਿਹੜਾ ਬਦਲਦਾ ਪਿਆ ਵਾ, ਉਸ ਸਮੇਂ ਨੂੰ ਅਸੀਂ ਯਾਦ ਰੱਖਦੇ ਹੋਏ ਪੁਰਾਣੇ ਜਿਹੜੇ ਸਮੇਂ ਹੈਗੇ ਨੇ ਉਹਨਾਂ ਨੂੰ ਯਾਦ ਕਰਦੇ ਰਹੀਏ। ਕੈਮਰਾਮੈਨ ਮਨੋਜ ਦੇ ਨਾਮ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।